ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਵੱਡੇ ਅਹੁਦੇਦਾਰਾਂ ਕੋਲ ਰੁਤਬੇ ਅਤੇ ਸ਼ੋਹਰਤ ਦੀ ਕੋਈ ਕਮੀ ਨਹੀਂ ਹੁੰਦੀ, ਪਰ ਇਨਸਾਨ ਦਾ ਅਸਲੀ ਰੁਤਬਾ ਹੁੰਦਾ ਹੈ ਇਨਸਾਨੀਅਤ, ਅਤੇ ਇਨਸਾਨ ਲਈ ਅਹੁਦਾ ਹੀ ਵੱਡਾ ਨਹੀਂ ਸਗੋਂ ਦਿਲ ਵੀ ਵੱਡਾ ਹੋਣਾ ਚਾਹੀਦਾ ਹੈ। ਜਿੱਥੇ ਜੀਵਨ ਦੇ ਚੱਲਦਿਆਂ ਇਨਸਾਨ ਨੂੰ ਆਪਣੇ ਆਪ ਤੋਂ ਇਲਾਵਾ ਕਿਸੇ ਹੋਰ ਦੀ ਕੋਈ ਫਿਕਰ ਨਹੀਂ ਹੁੰਦੀ, ਚਾਹੇ ਕੋਈ ਜੀਵੇ ਜਾਂ ਮਰੇ। ਅੱਜ ਇਹ ਕਹਾਵਤ ਅਜਿਹੇ ਲੋਕਾਂ ਵਾਸਤੇ, ਵੱਡੇ ਵੱਡੇ ਅਹੁਦੇਦਾਰਾਂ ਵਾਸਤੇ ਇਹ ਪੰਕਤੀਆਂ ਸਹੀ ਟੁਕਦੀਆਂ ਨੇ। ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਅਗਰ ਅਜੋਕੇ ਸਮੇਂ ਵਿੱਚ ਗੱਲ ਕਰੀਏ ਤਾਂ ਇਨਸਾਨ ਆਪਣੀ ਇਨਸਾਨੀਅਤ ਨੂੰ ਭੁੱਲਦਿਆਂ ਹੋਇਆਂ ਕਿਸੇ ਲੋੜਵੰਦ ਲਈ ਆਪਣੀ ਸੇਵਾ ਭਾਵ ਭੁੱਲ ਚੁੱਕਿਆ ਹੈ। ਉੱਥੇ ਹੀ DCP ਅਸਲਮ ਖਾਨ ਨੇ ਇਨਸਾਨੀਅਤ ਨੂੰ ਬਰਕਰਾਰ ਰੱਖਦਿਆਂ ਹੋਇਆਂ ਇੱਕ ਵੱਖਰੀ ਮਿਸਾਲ ਕਾਇਮ ਕੀਤੀ ਹੈ। ਇੱਕ ਸਿੱਖ ਪਰਿਵਾਰ ਜਿਸ ਕੋਲ ਨਾ ਤਾਂ ਕੋਈ ਆਮਦਨ ਦਾ ਜ਼ਰੀਆ ਸੀ ਅਤੇ ਨਾ ਹੀ ਕੋਈ ਉਮੀਦ, ਉਸ ਸਿੱਖ ਪਰਿਵਾਰ ਲਈ ਹਨੇਰਿਆਂ ਵਿੱਚ ਉਮੀਦ ਦੀ ਕਿਰਨ ਬਣ ਕੇ ਆਈ ਅਸਲਮ ਖਾਨ। ਸਰਹੱਦ ਉੱਤੇ ਵੱਸਦੇ ਕਸ਼ਮੀਰ ਨਾਲ ਦਿੱਲੀ ਦੀ ਇਸ ਪੁਲਿਸ ਅਫਿਸਰ ਦਾ ਵੱਖਰਾ ਹੀ ਰਿਸ਼ਤਾ ਹੈ। ਇਹ ਰਿਸ਼ਤਾ ਹੈ ਕਸ਼ਮੀਰ ਦੇ ਇੱਕ ਸਿੱਖ ਪਰਿਵਾਰ ਨਾਲ, ਜੋ ਹੁਣ ਤੱਕ ਅਸਲਮ ਖਾਨ ਨਿਭਾ ਰਹੀ ਹੈ। ਅਸਲ ਵਿੱਚ ਜੰਮੂ ਦੇ ਆਰਸਪੁਰਾ ਦੇ ਸਿੱਖ ਡਰਾਈਵਰ ਮਾਨ ਸਿੰਘ ਦਾ ਲੁਟੇਰਿਆਂ ਨੇ ਦਿੱਲੀ ਵਿੱਚ ਜਨਵਰੀ 2018 ਵਿੱਚ ਕਤਲ ਕਰ ਦਿੱਤਾ ਸੀ, ਜਿਸ ਦੀਆਂ 2 ਬੇਟੀਆਂ ਅਤੇ 1 ਪੁੱਤਰ ਏ। ਘਰ ਵਿੱਚ ਆਮਦਨ ਦਾ ਕੋਈ ਜ਼ਰੀਆ ਨਹੀਂ ਸੀ। ਅਚਾਨਕ DCP ਅਸਲਮ ਖਾਨ ਨੇ ਇਹ ਸਟੋਰੀ ਪੜ੍ਹੀ ਅਤੇ ਮਾਨ ਸਿੰਘ ਦੇ ਪਰਿਵਾਰ ਨਾਲ ਸੰਪਰਕ ਕੀਤਾ। ਪਰਿਵਾਰ ਦੀ ਮੰਦੀ ਹਾਲਤ ਨੂੰ ਵੇਖਦਿਆਂ ਹੋਇਆਂ ਅਤੇ ਕਮਾਈ ਦਾ ਕੋਈ ਸਾਧਨ ਨਾ ਹੋਣ ਕਰਕੇ DCP ਅਸਲਮ ਖਾਨ ਨੇ ਇਨਸਾਨੀਅਤ ਨੂੰ ਨਿਭਾਉਂਦਿਆਂ ਹੋਇਆਂ ਆਪਣੀ ਕਮਾਈ ਦਾ ਅੱਧਾ ਹਿੱਸਾ ਮਾਨ ਸਿੰਘ ਦੇ ਪਰਿਵਾਰ ਨੂੰ ਹਰ ਮਹੀਨੇ ਦੇਣ ਦਾ ਬੇੜਾ ਉਠਾਇਆ ਹੈ। ਫਰਵਰੀ 2018 ਤੋਂ ਲਗਾਤਾਰ DCP ਅਸਲਮ ਖਾਨ ਆਪਣੀ ਤਨਖਾਹ ਮਿਲਦੇ ਹੀ ਪਰਿਵਾਰ ਦੇ ਅਕਾਊਂਟ ਵਿੱਚ ਪੈਸੇ ਭੇਜ ਦਿੰਦੇ ਹਨ। ਨਾਲ ਹੀ DCP ਅਸਲਮ ਖਾਨ ਦਾ ਪਰਿਵਾਰ ਨਾਲ ਵੱਖਰਾ ਹੀ ਰਿਸ਼ਤਾ ਬਣ ਗਿਆ ਹੈ, ਜੋ ਜਾਤ ਪਾਤ ਧਰਮਾਂ ਤੋਂ ਉੱਪਰ ਉੱਠ ਕੇ ਇਨਸਾਨੀਅਤ ਦੀ ਵਜ੍ਹਾ ਨਾਲ ਬਣਿਆ ਹੋਇਆ ਹੈ। ਦੇਖਿਆ ਜਾਵੇ ਇਹ ਸਾਰੇ ਕੰਮ ਸਿੱਖ ਕੌਮ ਦੇ ਸਿਰਮੌਰ ਜਥੇਬੰਦੀ SGPC ਨੂੰ ਕਰਨੇ ਚਾਹੀਦੇ ਸਨ, ਜਾਂ DSGMC ਨੂੰ। ਅਤੇ ਬਹੁਤ ਸਾਰੇ ਸਿੱਖ ਸੰਸਥਾਵਾਂ ਅਤੇ ਅਜਿਹੇ ਪ੍ਰਚਾਰਕ ਹਨ ਜੋ ਆਏ ਦਿਨ ਲੋੜਵੰਦ ਸਿੱਖਾਂ ਦੀ ਮਦਦ ਕਰਨ ਦੇ ਦਾਅਵੇ ਕਰਦੇ ਹਨ, ਪਰ ਇਸ ਮਾਮਲੇ ਵਿੱਚ ਅਤੇ ਇਹਨਾਂ ਵਰਗੇ ਹੋਰ ਕਈ ਮਾਮਲਿਆਂ ਵਿੱਚ ਸਾਡੀ ਸਿਰਮੌਰ ਜਥੇਬੰਦੀਆਂ ਮੁੱਖ ਦਰਸ਼ਕ ਬਣ ਕੇ ਬੈਠੀਆਂ ਹੋਈਆਂ ਹਨ। ਅਤੇ ਅਸਲਮ ਖਾਨ ਨੇ ਇਸ ਲੋੜਵੰਦ ਪਰਿਵਾਰ ਨੂੰ ਆਪਣੀ ਅੱਧੀ ਤਨਖਾਹ ਦੇ ਕੇ ਉਹਨਾਂ ਸਾਰੇ ਢੋਂਗੀ ਟਿੰਡੋਰਾ ਪਿੱਟਣ ਵਾਲਿਆਂ 'ਤੇ ਚਪੇੜ ਮਾਰੀ ਹੈ, ਜੋ ਕਹਿੰਦੇ ਤਾਂ ਨੇ ਗਰੀਬ ਕਾ ਮੂੰਹ ਗੁਰੂ ਕੀ ਗੋਲਕ ਹੁੰਦੀ ਹੈ। ਪਰ ਗੁਰੂ ਕੀ ਗੋਲਕ ਕਾ ਹੀ ਪੈਸਾ ਉਹ ਲੋੜਵੰਦ ਸਿੱਖਾਂ ਦੀ ਮਦਦ ਲਈ ਨਾ ਵਰਤਦੇ ਹੋਏ ਰਸੂਖਦਾਰਾਂ ਦੇ ਪੈਰਾਂ ਵਿੱਚ ਪਏ ਰਹਿੰਦੇ ਹਨ। ਅਗਰ ਗੱਲ ਕੋਈ ਬੁਰੀ ਲੱਗੀ ਹੋਵੇ, ਹੱਥ ਬਣ ਕੇ ਮਾਫ਼ੀ। ਤੁਹਾਡੇ ਇਸ ਬਾਰੇ ਕੀ ਵਿਚਾਰ ਹਨ? ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਵਿਅਕਤ ਕਰ ਸਕਦੇ ਹੋ। ਜੇਕਰ ਵੀਡੀਓ ਚੰਗੀ ਲੱਗੀ ਹੋਵੇ, ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।